ਮਿਥਿਆਂਤ ਦੇਹੰ ਖੀਣੰਤ ਬਲਨੰ। ਹੁਣ ਮਹਾਰਾਜ ਸਾਹਿਬ ਜੀ, ਪਹਿਲਾਂ ਸੰਬੰਧੀਆਂ ਦਾ ਮੋਹ ਵੀ ਝੂਠਾ ਦਿਖਾਇਆ ਹੈ ਅਤੇ ਹੁਣ ਸੱਚੇ ਪਾਤਸ਼ਾਹ ਦੇਹ ਦੀ ਬਾਬਦਾਦੇ ਵੀ ਦੇਹ ਦਾ ਮੋਹ ਵੀ ਨਹੀਂ ਕਰਨਾ ਚਾਹੀਦਾ। ਦੇਹ ਦੇ ਮੋਹ ਤੋਂ ਵੀ ਛਡਾਉਣ ਵਾਸਤੇ ਕਹਿੰਦੇ ਹਨ ਮਿਥਿਆਂਤ ਦੇਹੰ। ਇਹ ਜਿਹੜੀ ਦੇਹ ਹੈ ਮਿਥਿਆਂਤ ਅਣਹੋਈ ਪ੍ਰਤੀਤ ਹੋ ਰਹੀ ਹੈ, ਜਿਵੇਂ ਸੁਪਨੇ ਚ ਕੋਈ ਆਦਮੀ ਆਪਣੇ ਆਪ ਨੂੰ ਬਾਦਸ਼ਾਹ ਬਣਿਆ ਵੇਖੇ, ਇਉਂ ਇਹ ਦੇਹ ਦੀ ਪ੍ਰਤੀਤੀ ਹੈ ਅਣਹੋਈ। ਵਿਦਿਆ ਰੂਪੀ ਨੀਂਦ ਕਰਕੇ ਸੰਸਾਰ ਰੂਪੀ ਸੁਪਨਾ ਇਹਨੂੰ ਆਇਆ ਹੈ। ਖੀਣੰਤ ਬਲਨੰ, ਇਹਦਾ ਜਿਹੜਾ ਬਲ ਜ਼ੋਰ ਹੈ ਦਿਨ ਬ ਦਿਨ, ਦੇਹ ਦਾ ਪਹਿਲਾਂ ਬਾਲਕ ਸੀ, ਫਿਰ ਕਿਸ਼ੋਰ ਅਵਸਥਾ ਹੋਈ, ਫਿਰ ਜਵਾਨੀ ਆਈ, ਫਿਰ ਢਲ ਦੀ ਜਵਾਨੀ ਆਈ, ਫਿਰ ਬਿਰਧ ਅਵਸਥਾ ਆ ਗਈ। ਇਹ ਜਿਹੜਾ ਦੇਹ ਹੈ ਇਹ ਵੀ ਨਾਸਵੰਤ ਅਣਹੋਈ ਪ੍ਰਤੀਤ ਹੁੰਦੀ ਹੈ ਤੇ ਇਹਦਾ ਬਲ ਵੀ ਜਿਹੜਾ ਖਿਣੰਤ ਨਾਸ ਹੁੰਦਾ ਜਾ ਰਿਹਾ ਹੈ। ਬਲਦੰਤ ਜਵਾਨੀ ਦਾ ਬਲ ਸਾਰਾ ਖਿਣੰਤ ਖੀਣ ਹੁੰਦਾ ਜਾਂਦਾ ਹੈ, ਅਤਿਅੰਤ ਕਰਕੇ ਨਾਸ ਹੁੰਦਾ ਜਾ ਰਿਹਾ ਹੈ। ਬਲਦੰਤ ਜਰੂਆ ਹਿਤਅੰਤ ਮਾਇਆ, ਅਤੇ ਵੱਧਦੀ ਜਾ ਰਹੀ ਹੈ ਜਰੂਆ, ਬੁਢੇਪਾ ਵੱਧਦਾ ਆ ਰਿਹਾ ਹੈ, ਬੁਢੇਪਾ ਜ਼ੋਰ ਪਾਉਂਦਾ ਜਾਂਦਾ ਹੈ ਅਤੇ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਉਵੇਂ ਅਤਿਅੰਤ ਮਾਇਆ ਦਾ ਅਤਿਅੰਤ ਹਿੱਤ ਕਰਦਾ। ਪੈਸੇ ਨੂੰ ਹੱਥ ਚੋਂ ਛੱਡਣਾ ਨਹੀਂ ਚਾਹੁੰਦਾ, ਇਸ ਪ੍ਰਕਾਰ ਦਾ ਇੰਨਾ ਮੋਹ ਹੈ, ਸਾਰਿਆਂ ਸੋਹਣੀਆਂ ਤੋਂ ਵੱਖਰਾ ਕਰਕੇ ਆਪਣੀ ਮਾਇਆ ਨੂੰ ਰੱਖਦਾ ਹੈ, ਇੰਨਾ ਮਾਇਆ ਨਾਲ ਅਤਿਅੰਤ ਹਿੱਤ ਕਰਦਾ। ਸਰੀਰ ਪੁਰਾਣਾ ਹੁੰਦਾ ਜਾਂਦਾ, ਨਾਸ ਹੁੰਦਾ ਜਾਂਦਾ ਹੈ, ਪਰ ਮਾਇਆ ਦਾ ਬਾਹਲਾ ਹਿੱਤ ਪਾਈ ਜਾਂਦਾ। ਚਾਹੀਦਾ ਸੀ ਵਿਰਾਗ ਕੇ ਮੈਂ ਛੱਡ ਜਾਣਾ ਇਸ ਨੂੰ, ਸੋ ਇਹ ਮਾਇਆ ਦੇ ਨਾਲ ਬਹੁਤਾ ਹਿੱਤ ਕਰਦਾ ਅਤਿਅੰਤ ਹੀ। ਅਤਿਅੰਤ ਆਸਾ, ਅਤੇ ਅਤਿਅੰਤ ਆਸਾ ਸੰਸਾਰ ਦੇ ਜਿਉਣ ਦੀ ਅਤਿਅੰਤ ਹੈ, ਅੰਤ ਤੋਂ ਰਹਿਤ ਆਸਾ ਬਣੀ ਹੋਈ ਹੈ ਇਹਦੇ ਅੰਦਰ। ਹਰ ਵਕਤ ਮੈਂ ਦੁਨੀਆਂ ਦੇ ਅੰਦਰ ਕਾਇਮ ਰਹਾਂਗਾ, ਇਹ ਆਸਾ ਰੱਖੀ ਹੋਈ ਹੈ। ਅਥਿਤ ਭਵਨ, ਪਰ ਸਾਧ ਸੰਗਤ ਜੀ ਹੈ ਇਉਂ ਜਿਵੇਂ ਅਥਿਤ ਭਵਨ, ਅਥਿਤ ਨਾ ਅਭਿਆਗਤ ਕੋਈ ਘਰ ਵਿੱਚ ਸਰਾਂ ਵਿੱਚ ਮੁਸਾਫਰ ਆ ਜਾਵੇ। ਮੁਸਾਫਰ ਜਿਹੜਾ ਹੈ ਉਹ ਰਾਤ ਕੱਢ ਕੇ ਅੱਗੇ ਤੁਰ ਜਾਂਦਾ ਹੈ, ਇਸੇ ਪ੍ਰਕਾਰ ਅਸਥਿਤੀ ਭਵਨ ਦੀ ਨਿਆਈ ਸੰਸਾਰ ਹੈ। ਅਭਿਆਗਤ ਜਿਵੇਂ ਕੋਈ ਆਦਮੀ ਆ ਕੇ ਮੁਸਾਫਰ ਖਾਨੇ ਚ ਰਾਤ ਕੱਟ ਜਾਵੇ, ਕਿਉਂ ਸੰਸਾਰ ਮੁਸਾਫਰ ਖਾਨਾ ਹੈ, ਇਹ ਸਥਿਤ ਰਹਿਣ ਵਾਲਾ ਨਹੀਂ, ਇਸ ਤੋਂ ਰਹਿਣ ਵਾਲਾ ਨਹੀਂ ਸੰਸਾਰ। ਜਿਸ ਸੰਸਾਰ ਭਵਨ ਨੂੰ ਅਚਲ ਮੰਨਿਆ ਹੈ, ਜਿਸ ਸਰੀਰ ਰੂਪੀ ਘਰ ਨੂੰ ਅਚਲ ਮੰਨਿਆ, ਇਹ ਅਥਿਤ ਹੈ, ਨਾ ਅਥਿਤ ਹੋਣ ਵਾਲਾ, ਨਾਸ਼ਵੰਤ ਹੈ ਇਹ ਸੰਸਾਰ ਤੇ ਸਰੀਰ ਰੂਪੀ ਘਰ ਜੋ ਹੈ। ਗਨੰਤ ਸਵਾਸਾ ਭਿਆਨ ਧਰਮ, ਭਿਆਦਿਕ ਜੋ ਧਰਮ ਰਾਜਾ ਹੈ, ਭੈ ਦੇ ਦੇਣ ਵਾਲਾ ਬੜਾ ਭਿਆਨਕ, ਜਿਨ੍ਹਾਂ ਦਾ ਭੈ ਦੇਣਾ ਧਰਮ ਹੀ ਹੈ, ਉਹ ਸਵਾਸ ਸਾਧ ਸੰਗਤ ਜੀ ਗਿਣ ਰਿਹਾ ਧਰਮ ਰਾਜਾ, ਕਿ ਇਹਦੀ ਉਮਰ ਪੂਰੀ ਹੋਵੇ ਤੇ ਇਹਨੂੰ ਪਕੜ ਲਵਾਂ ਮੈਂ, ਇਸ ਪ੍ਰਕਾਰ ਦੇ ਸਾਹਾਂ ਨੂੰ ਗਿਣ ਰਿਹਾ ਹੈ। ਇਹ ਕਹਿੰਦਾ ਮੈਂ ਬਹੁਤਾ ਆਸ ਰੱਖਦਾ ਕਿ ਜਿਉਂਦਾ ਰਹਾਂਗਾ। ਪਤੰਤ ਮੋਹ ਕੂਪ ਦੁਰਲੱਭ ਦੇਹੰ, ਖਜੂਰ ਕਹਿੰਦੇ ਹਨ ਮੋਹ ਰੂਪੀ ਖੂਹ ਵਿੱਚ ਇਹ ਪਤਨ ਪੈ ਰਿਹਾ ਹੈ, ਡਿੱਗ ਰਿਹਾ ਹੈ, ਗਿਰਾਵਟ ਨੂੰ ਪ੍ਰਾਪਤ ਹੋ ਕੇ ਦੇਹ ਦੇ ਮੋਹ ਰੂਪੀ ਖੂਹ ਹੀ ਡਿੱਗ ਰਿਹਾ ਹੈ, ਪਤਿਤ ਹੋ ਰਿਹਾ ਹੈ, ਗਿਰਾਵਟ ਨੂੰ ਪ੍ਰਾਪਤ ਹੋ ਰਿਹਾ ਹੈ। ਹਾਏ ਦੁਰਲੱਭ ਕਠਿਨ ਲੱਭੀ ਹੋਈ ਦੇਹ, ਫਿਰਦ ਬਹੁਤੇ ਜੁਗਾਰਿਓ ਮਾਣਸ ਦੇਹ ਲਈ, ਬੜੀ ਕਠਿਨ ਲੱਭੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਪਾਇਆ ਮਾਨਸ ਦੇਹ ਨੂੰ ਪਿਛਲੀ ਜੁਗੀ ਜੋ ਕਰੀ ਕਮਾਈ, ਪਿਛਲੀਆਂ ਜੁਗਾਂ ਸਤਜੁਗ ਜਿਹਨਾਂ ਨੇ ਜੋ ਕਮਾਇਆ ਸੀ, ਪ੍ਰੇਤੇ ਵਿੱਚ ਉਹਨਾਂ ਨੂੰ ਮਨੁੱਖਾ ਦੇਹ ਮਿਲੀ, ਪ੍ਰੇਤੇ ਜਿਹਨਾਂ ਨੂੰ ਜਗ ਕੀਤੇ ਸੀ ਉਹਨਾਂ ਨੂੰ ਮਨੁੱਖਾ ਦੇਹ ਦੁਆਪਰ ਚ ਮਿਲੀ, ਦੁਆਪਰ ਜਿਹਨ ਤਪ ਕੀਤਾ ਸੀ ਉਹਨਾਂ ਨੂੰ ਕਲਯੁਗ ਚ ਦੇਹ ਮਿਲੀ। ਇਉਂ ਚੌਹਾਂ ਜੁਗਾਂ ਦੇ ਵਿੱਚ ਫਿਰਦਿਆਂ ਦੁਰਲੱਭ ਦੇਹ ਪ੍ਰਾਪਤ ਹੋਈ ਹੈ। ਹੁਣ ਕਲਯੁਗ ਚ ਪਰਮੇਸ਼ੁਰ ਦੇ ਨਾਮ ਦੀ ਰੁੱਤ ਹੈ, ਜੇ ਹੁਣ ਨਾ ਪਰਮੇਸ਼ੁਰ ਦਾ ਭਜਨ ਕੀਤਾ ਤੇ ਫਿਰ ਇੱਥੋਂ ਛੁਟਕਿਆਂ ਠੌਰ ਨਾ ਠਾਏ, ਪੌੜੀ ਛੁਟਕੀ ਫਿਰ ਹਾਸ ਨਾ ਆਵੇ, ਪਹਿਲਾ ਜਨਮ ਗਵਾਇਆ, ਇਹ ਦੁਰਲੱਭ ਕਠਿਨ ਲੱਭੀ ਹੋਈ ਦੇਹ ਪ੍ਰਾਪਤ ਹੋਈ ਹੈ, ਫਿਰ ਵੀ ਇਹਦੇ ਮੋਹ ਦੇ ਖੂਹ ਵਿੱਚ ਡਿੱਗ ਰਿਹਾ, ਪਤਿਤ ਹੋ ਰਿਹਾ ਹੈ। ਤਤ ਆਸਰਿਆ ਨਾਨਕ, ਸਤਿਗੁਰੂ ਸਾਹਿਬ ਜੀ ਕਹਿੰਦੇ ਤਿਸ ਪਰਮੇਸ਼ੁਰ ਦਾ ਆਸਰਾ ਲੈਣਾ ਕਰ। ਤਤ ਜੋ ਤਤ ਸਰੂਪ ਹੈ ਉਹਦਾ ਆਸਰਾ ਲਈਏ। ਗੁਰੂ ਸਾਹਿਬ ਜੀ ਕਹਿੰਦੇ ਨੇ ਹੋਰ ਸਾਰੇ ਆਸਰੇ ਛੱਡ ਦਿਓ। ਗੋਬਿੰਦ 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 ਗੋਪਾਲ ਕਿਰਪਾ, ਜੇ ਕਰਕੇ ਮਨ ਕਰਕੇ ਗੋਬਿੰਦ ਦਾ ਜਾਪ ਕਰਾਂਗੇ, ਬਾਣੀ ਕਰਕੇ ਗੋਬਿੰਦ ਦਾ ਜਾਪ ਕਰਾਂਗੇ, ਸਰੀਰ ਕਰਕੇ ਰੋਮ ਰੋਮ ਕਰਕੇ ਗੋਬਿੰਦ ਦਾ ਜਾਪ ਕਰਾਂਗੇ,
ਤਾਂ ਸਾਡੇ ਤੇ ਗੋਪਾਲ ਪਰਮੇਸ਼ਰ ਦੀ ਕਿਰਪਾ ਹੋਵੇਗੀ। ਗੋਬਿੰਦ ਜੋ ਗੁਰਾਂ ਦੇ ਬਿੰਦ ਵਾਕਾਂ ਕਰਕੇ ਜਾਣਨੇ ਯੋਗ ਗੋਬਿੰਦ ਹੈ, ਗੁਰਾਂ ਦੇ ਬਚਨਾਂ ਕਰਕੇ ਜਾਣਨੇ ਯੋਗ ਗੋ ਗੁਰਬਾਣੀ ਬਿੰਦ ਜਸਵੰਤ ਸਾਸਾ ਗੋਬਿੰਦ, ਜੋ ਗੁਰਬਾਣੀ ਕਰਕੇ ਜਾਣਨੇ ਯੋਗ ਹੈ ਗੋਬਿੰਦ ਹੈ, ਅਤੇ ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਸਾਖੀ ਚੇਤਨ ਰੂਪ ਹੈ ਗੋਬਿੰਦ, ਗੋ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਸਤੇ ਬਿੰਦ ਪ੍ਰਾਪਤ ਹੋਇਆ ਸੰਸਾਰ ਵਿੱਚ, ਉਸਦਾ ਸਿਮਰਨ ਜੇ ਕਰੋਗੇ ਤਾਂ ਉਸ ਪ੍ਰਿਥਵੀ ਦੇ ਪਾਲਕ ਦੀ ਸਾਡੇ ਤੇ ਕਿਰਪਾਲਤਾ ਹੋਵੇਗੀ।